ਪੰਜਾਬ ਦੇ ਪਿੰਡਾਂ ਨੂੰ ਕੋਵਿਡ ਮੁਕਤ ਬਣਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਰੰਭੀ ਪੇਂਡੂ ਮਿਸ਼ਨ ਫਤਿਹ ਮੁਹਿੰਮ ਤਹਿਤ ਦਿਹਾਤੀ ਖੇਤਰਾਂ 'ਚ ਫੈਲ ਰਹੀ ਕੋਵਿਡ 19 ਮਹਾਂਮਾਰੀ ਦੀ ਲਾਗ ਦੀ ਰੋਕਥਾਮ ਲਈ ਪਟਿਆਲਾ ਡਿਵੀਜ਼ਨ ਦੇ ਕਮਿਸ਼ਨਰ ਸ਼੍ਰੀ ਚੰਦਰ ਗੈਂਦ ਨੇ ਮੰਗਲਵਾਰ ਨੂੰ ਸਨੋਹਰ ਹਲਕੇ ਦੇ ਪਿੰਡ ਦੋਨ ਕਲਾਂ 'ਚ ਇੱਕ ਵਿਲੱਖਣ ਮੁਹਿੰਮ ਪਿੰਡ ਬਚਾਓ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਸ਼੍ਰੀ ਗੈਂਦ ਵੱਲੋਂ ਪਟਿਆਲੇ ਤੋਂ ਸੰਸਦ ਮੈਂਬਰ ਸ਼੍ਰੀਮਤੀ ਪ੍ਰਨੀਤ ਕੌਰ ਦੀ ਵੀਡੀਓ ਕਾਲ ਰਾਹੀਂ ਸਰਪੰਚ ਨਾਲ ਕਰਵਾਈ ਗੱਲਬਾਤ ਦੌਰਾਨ ਸੰਸਦ ਮੈਂਬਰ ਨੇ ਪਿੰਡ ਵਾਸੀਆਂ ਨੂੰ ਕੋਵਿਡ ਪ੍ਰਤੀ ਸੁਚੇਤ ਕਰਦਿਆਂ ਸਾਰੇ ਲੋੜੀਂਦੇ ਇਤਿਹਾਤ ਵਰਤਣ ਸਮੇਤ ਵੈਕਸੀਨੇਸ਼ਨ ਕਰਵਾਉਣ ਦਾ ਸੱਦਾ ਦਿੱਤਾ। ਪਿੰਡ ਦੋਨ ਕਲਾਂ ਦੇ ਸਰਕਾਰੀ ਹਾਈ ਸਕੂਲ ਵਿਖੇ ਪੁੱਜੇ ਸ਼੍ਰੀ ਚੰਦਰ ਗੈਂਦ ਨੇ ਪਿੰਡ ਦੇ ਸਰਪੰਚ ਬਲਬੀਰ ਸਿੰਘ ਅਤੇ ਗ੍ਰਾਮ ਪੰਚਾਇਤ ਮੈਂਬਰਾਂ ਸਮੇਤ ਹੋਰ ਮੁਹਤਬਰਾਂ ਨਾਲ ਗੱਲਬਾਤ ਕਰਦਿਆਂ ਸੱਦਾ ਦਿੱਤਾ ਹੈ ਕਿ ਉਹ ਕੋਵਿਡ ਮਹਾਂਮਾਰੀ ਦੀ ਲਾਗ ਨੂੰ ਅੱਗੇ ਫੈਲਣ ਤੋਂ ਰੋਕਣ ਅਤੇ ਪਿੰਡਾਂ ਨੂੰ ਕੋਵਿਡ ਮੁਕਤ ਬਣਾਉਣ ਲਈ ਪਿੰਡ ਵਾਸੀਆਂ ਨੂੰ ਹੋਰ ਸੰਵੇਦਨਸ਼ੀਲ ਬਣਾਉਣ। ਉਹਨਾਂ ਦੇ ਨਾਲ ਪਟਿਆਲਾ ਦੇ SDM ਚਰਨਜੀਤ ਸਿੰਘ ਵੀ ਮੌਜੂਦ ਸਨ। ਸ਼੍ਰੀ ਚੰਦਰ ਗੈਂਦ ਨੇ ਇਸ ਮੌਕੇ ਕੋਵਿਡ 19 ਤੋਂ ਬਚਾਅ ਲਈ ਟੀਕਾਕਰਨ ਨੂੰ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ ਦੱਸਦਿਆਂ ਐਲਾਨ ਕੀਤਾ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿੰਡ ਵਾਸੀਆਂ ਦੀ 100% ਵੈਕਸੀਨੇਸ਼ਨ ਕਰਵਾਉਣ ਵਾਲਿਆਂ ਗ੍ਰਾਮ ਪੰਚਾਇਤਾਂ ਨੂੰ 10 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ, ਉਸੇ ਤਰਜ਼ 'ਤੇ ਅਜਿਹੀਆਂ ਪੰਚਾਇਤਾਂ ਨੂੰ ਜ਼ਿਲ੍ਹਾ ਮੁੱਖ ਦਫ਼ਤਰ ਵਿਖੇ ਪ੍ਰਸ਼ੰਸਾ ਪੱਤਰ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਅੱਗੇ ਦੱਸਿਆ ਕਿ ਮੁੱਖ ਮੰਤਰੀ ਨੇ ਕੋਵਿਡ ਦੀ ਰੋਕਥਾਮ ਲਈ ਪੰਚਾਇਤਾਂ ਨੂੰ ਆਪਣੇ ਪਿੰਡਾਂ 'ਚ 5,000 ਰੁਪਏ ਤੋਂ ਲੈ ਕੇ 50,000 ਰੁਪਏ ਤੱਕ ਦੀ ਰਾਸ਼ੀ ਖਰਚ ਕਰਨ ਦੇ ਅਧਿਕਾਰ ਵੀ ਦਿੱਤੇ ਹਨ। ਇਸ ਤੋਂ ਇਲਾਵਾ ਡਿਵੀਜ਼ਨਲ ਕਮਿਸ਼ਨਰ ਨੇ ਪੰਚਾਇਤਾਂ ਨੂੰ ਕੋਵਿਡ ਮਹਾਂਮਾਰੀ ਵਿਰੁੱਧ ਪੰਜਾਬ ਸਰਕਾਰ ਵੱਲੋਂ ਵਿੱਢੀ ਲੜਾਈ 'ਚ ਸਗਰਮ ਭੂਮਿਕਾ ਨਿਭਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਪਿੰਡਾਂ 'ਚ ਜਿੱਥੇ ਟੀਕਾਕਰਨ ਮੁਹਿੰਮ ਨੂੰ ਹੋਰ ਤੇਜ਼ ਕਰਨਾ ਚਾਹੀਦਾ ਹੈ, ਉੱਥੇ ਹੀ ਕੋਵਿਡ ਦੇ ਕਿਸੇ ਤਰ੍ਹਾਂ ਦੇ ਲੱਛਣ ਹੋਣ 'ਤੇ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ। ਉਹਨਾਂ ਹੋਰ ਕਿਹਾ ਕਿ ਠੀਕਰੀ ਪਹਿਰੇ ਲੱਗਾ ਕੇ ਬਾਹਰੀ ਲੋਕਾਂ ਨੂੰ ਆਪਣੇ ਪਿੰਡ ਵਿੱਚ ਆਉਣ ਤੋਂ ਰੋਕਣ ਸਮੇਤ ਕੋਵਿਡ ਤੋਂ ਬਚਾਅ ਲਈ ਸਾਵਧਾਨੀਆਂ ਦੀ ਪਾਲਣਾ ਅਤੇ ਵੱਧ ਤੋਂ ਵੱਧ ਟੈਸਟ ਕਰਵਾ ਕੇ ਕੋਵਿਡ ਦੀ ਲਾਗ ਨੂੰ ਫੈਲਣ ਤੋਂ ਰੋਕਣਾ ਚਾਹੀਦਾ ਹੈ। ਸ਼੍ਰੀ ਚੰਦਰ ਗੈਂਦ ਨੇ ਕਿਹਾ ਕਿ ਵੈਕਸੀਨੇਸ਼ਨ ਕਰਵਾਉਣ ਤੋਂ ਬਾਅਦ ਵੀ ਮੂੰਹ 'ਤੇ ਮਾਸਕ ਦੀ ਵਰਤੋਂ ਅਤੇ ਹੱਥਾਂ ਨੂੰ ਵਾਰ ਵਾਰ ਧੋਣ ਅਤੇ ਸੈਨੇਟਾਈਜ਼ ਕਰਨ ਸਮੇਤ ਸਮਾਜਿਕ ਦੂਰੀ ਅਤੇ ਹੋਰ ਸੁਰੱਖਿਆ ਉਪਾਅ ਸਹੀ ਢੰਗ ਨਾਲ ਲਾਗੂ ਕਰਨੇ ਇਸ ਮਹਾਂਮਾਰੀ ਦੀ ਰੋਕਥਾਮ 'ਚ ਅਹਿਮ ਭੂਮਿਕਾ ਅਦਾ ਕਰਦੇ ਹਨ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬੇਲੋੜੀ ਆਵਾਜਾਈ ਤੋਂ ਗੁਰੇਜ਼ ਕਰਨ ਅਤੇ ਕੇਵਲ ਜ਼ਰੂਰਤ ਪੈਣ 'ਤੇ ਹੀ ਘਰੋਂ ਬਾਹਰ ਨਿਕਲਣ। ਇਸ ਦੌਰਾਨ ਸ਼੍ਰੀ ਚੰਦਰ ਗੈਂਦ ਨੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਅਤੇ ਲੋਕ ਸਭਾ ਮੈਂਬਰ ਸ਼੍ਰੀਮਤੀ ਪ੍ਰਨੀਤ ਨਾਲ ਪਿੰਡ ਵਾਸੀਆਂ ਦੇ ਸਰਪੰਚ ਬਲਬੀਰ ਸਿੰਘ ਦੀ ਵੀਡੀਓ ਕਾਲ ਰਾਹੀਂ ਗੱਲਬਾਤ ਕਰਵਾਈ, ਜਿਸ 'ਚ ਸ਼੍ਰੀਮਤੀ ਪ੍ਰਨੀਤ ਕੌਰ ਨੇ ਪਿੰਡ ਵਾਸੀਆਂ ਦਾ ਹਾਲ ਚਾਲ ਜਾਣਿਆ ਅਤੇ ਨਾਲ ਹੀ ਸੱਦਾ ਦਿੱਤਾ ਕਿ ਕੋਵਿਡ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ। ਨਾਭਾ ਤੋਂ ਤਰੁਣ ਮਹਿਤਾ ਦੀ ਰਿਪੋਰਟ। ਬੜਾ ਅੱਛਾ ਅਨਾਊਂਸ ਕੀਤਾ ਕਿ ਜਿਹੜਾ ਵੀ ਪਿੰਡ 100% ਵੈਕਸੀਨੇਟ ਕਰ ਲਏਗਾ ਆਪਣੇ ਆਪ ਨੂੰ, ਉਹਨਾਂ ਨੂੰ 10-10 ਲੱਖ ਰੁਪਇਆ ਉਹਨਾਂ ਵੱਲੋਂ ਦਿੱਤਾ ਜਾਏਗਾ ਪਿੰਡ ਨੂੰ। ਮੈਂ ਵੀ ਇਹਨਾਂ ਨੂੰ ਜਿਸ ਤਰ੍ਹਾਂ ਤੁਸੀਂ ਵੀ ਦੱਸਿਆ ਇਹਨਾਂ ਨੂੰ, ਮੈਂ ਕਹੂੰਗਾ ਸਾਰਿਆਂ ਨੂੰ ਪਹਿਲੇ ਆਪਣੇ ਆਪ ਨੂੰ 100% ਵੈਕਸੀਨੇਟ ਕਰਨ ਪਿੰਡ ਵਾਲੇ, ਅਤੇ 10 ਲੱਖ ਰੁਪਏ CM ਸਾਹਿਬ ਤੁਹਾਨੂੰ ਗ੍ਰਾਂਟ ਭੇਜਣ ਗੁਰਦੀ, ਔਰ ਸਰਪੰਚ ਸਾਹਿਬ ਨੂੰ ਇੱਕ ਗੱਲ ਪਾਵਰਾਂ ਦਿੱਤੀਆਂ ਕਿ 5,000 ਤੋਂ ਲੈ ਕੇ 50,000 ਤੱਕ ਤੁਸੀਂ ਕੋਈ ਵੀ ਖਰਚ ਕਰਨ ਦੀ ਤੁਹਾਨੂੰ ਪਾਵਰਾਂ ਦਿੱਤੀਆਂ ਕਰੋਨਾ ਵਾਸਤੇ। ਤੁਸੀਂ ਮਾਸਕ ਲੈਣੇ ਆ, ਤੁਸੀਂ ਸੈਨੇਟਾਈਜ਼ਰ ਲੈਣੇ, ਤੁਸੀਂ ਹੋਰ ਵੀ ਕੁਝ ਪਿੰਡ ਦਾ ਕਰਨਾ ਹੈ ਕਰੋਨਾ ਲਈ, 5,000 ਤੋਂ 50,000 ਤੱਕ ਦੀ ਸਰਪੰਚ ਸਾਹਿਬ ਦੀ ਪਾਵਰ ਹੈਗੀ। ਮੈਂ ਸਮਝਾਇਆ ਮੈਡਮ 3 ਚੀਜ਼ਾਂ, ਮਾਸਕ, ਹੱਥ ਧੋਣੇ ਅਤੇ ਡਿਸਟੈਂਸ। ਹਾਂਜੀ 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 ਨਹੀਂ ਮੈਂ ਇਹਨਾਂ ਨੂੰ ਹੋਰ 10-15 ਮਿੰਟ ਮੈਮ ਹੋਰ ਲਗਾਊਂਗਾ ਇੱਥੇ, ਮੈਂ ਤਾਂ ਚਰਨਜੀਤ SDM ਵਿੱਚ ਆਏ ਇਕੱਠੇ ਹੈ। ਸਤਿ ਸ਼੍ਰੀ ਅਕਾਲ ਮੈਮ। ਹਾਂਜੀ ਠੀਕ ਹੈ ਮੈਮ, ਥੈਂਕ ਯੂ ਵੈਰੀ ਮਚ, ਥੈਂਕ ਯੂ, ਸਤਿ ਸ਼੍ਰੀ ਅਕਾਲ। ਕਮਿਸ਼ਨਰ ਸਾਹਿਬ ਦਾ ਪਿੰਡ ਦੌਣ ਕੋਲਾਂ ਪਹੁੰਚਣ 'ਤੇ ਬਹੁਤ ਸਵਾਗਤ ਕਰਦਾ, ਅਤੇ ਹੋਰ SDM ਸਾਹਿਬ, ਹੋਰ ਵੀ ਜਿੰਨੇ ਡਾਕਟਰ ਸਾਹਿਬਾਨ, ਪ੍ਰਿੰਸੀਪਲ ਸਾਹਿਬਾਨ, ਸਾਡੇ ਪੰਚਾਇਤ ਅਤੇ ਪਿੰਡ ਦੇ ਪਤਵੰਤੇ ਸੱਜਣ ਨਾਲ ਪਹੁੰਚਣ 'ਤੇ ਉਹਨਾਂ ਦਾ ਧੰਨਵਾਦ ਕਰਨਾ ਹੈ। ਜੋ ਵੀ ਪੰਜਾਬ ਸਰਕਾਰ ਨੇ ਕੋਵਿਡ 19 ਸੰਬੰਧੀ ਹਦਾਇਤਾਂ ਜਾਰੀ ਕੀਤੀਆਂ, ਅਸੀਂ ਤਾਂ ਪੂਰਾ ਪਾਲਣ ਕਰਾਂਗੇ ਅਤੇ ਪੂਰੇ ਪਿੰਡ ਨੂੰ 100% ਉਹ ਵੈਕਸੀਨ ਕਰਾਵਾਂਗੇ। ਅੱਜ ਅਸੀਂ ਪਿੰਡ ਦੌਣ ਕਲਾਂ, ਜਿਹੜਾ ਕਿ ਪਟਿਆਲਾ ਵਿਖੇ ਹੈਗਾ, ਬਹੁਤ ਵੱਡਾ ਪਿੰਡ ਹੈ, ਉੱਥੇ ਆਏ ਹੈਗੇ ਹਾਂ। ਅੱਜ CM ਸਾਹਿਬ ਨੇ ਸਕੀਮ ਲਾਂਚ ਕੀਤੀ ਜਿਹੜੀ ਕਿ ਪੰਜਾਬ ਨੂੰ ਕਰੋਨਾ ਤੋਂ ਮੁਕਤ ਕਰਨ ਦੀ, ਉਹਦੇ ਤਹਿਤ ਹੀ ਅਸੀਂ ਆਪਣਾ ਅਗਲਾ ਸਟੈਪ ਲੈਂਦੇ ਹੋਏ, ਸਾਰਿਆਂ ਨੂੰ ਪਹਿਲ ਕਰਦੇ ਹੋਏ ਰਾਦਰ, ਅਸੀਂ ਪਟਿਆਲੇ ਦੇ ਦੌਣ ਕਲਾਂ ਪਿੰਡ ਦੇ ਵਿੱਚ ਆ ਕੇ ਉਹੀ ਗੱਲਾਂ ਸਮਝਾਉਣ ਆਏ ਹਾਂ ਜੋ CM ਸਾਹਿਬ ਨੇ ਅੱਜ
वीडियो कॉन्फ्रेंस के दसिया सगिया तीन गल्लां मेन दसिया कि मास्क लगाना सारे नालों ज़्यादा जरूरी है। दूसरा 30 सैकेंड हाथ धो जो भी बाहरों आओ, तो तीसरा सोशल डिस्टेंस हमेशा रख के चलो। ये तीन चीज़ों का जिहड़ा पालन करेगा वो करोना तो काफ़ी बचाव होता रहेगा। सैकेंडली आज सीएम साहब ने अनाउंस किया कि जिहड़ा भी पिंड करोना की वैक्सीनेशन कंप्लीट कर लेगा 100% उन्होंने 10 लाख रुपया पंजाब सरकार देगी। तीसरी अनाउंसमेंट की सीएम साहब वालों के हर सरपंच नूं पावर दिती जांदी है पिंड दे विच 5,000 तो लैके 50,000 तक खर्चन की करोना संबंधी जिहड़ा खर्चा करना होवे, जे मास्क लैना या सैनिटाइजर लैना या कोई दवाइयां लैनियां, तो यह तीन पावर जिहड़ियां सीएम साहब ने अज सरपंचां नूं संबोधित करदे हुए सारे पंजाब दे सरपंचां नूं संबोधित करदे हुए दित्तियां। तो मैं भी अज पिंड वासियां नूं डॉन कलां नूं यही कहना आया कि एक तो अपना वैक्सीनेशन जी RT-PCR टेस्ट करने, करोना टेस्ट जरूर कराओ। करोना टेस्ट कराने तो लोग पिंडा वाले डरते हैं, क्यों डरते हैं? एक वहम पिया हुआ कि पता नहीं की हो जाऊगा, जो निकल आया तो की हो जाएगा। मैं इन्हों यही अज कहा है कि अपना करोना टेस्ट कराने तो ना डरो। जे करोना दे विच कोई टेस्ट दे विच कोई पॉजिटिविटी आती है उन्हों किते दौड़न की लोड़ नहीं, अपने घर दे विच ही 104 डायल करे ते डॉक्टर साहब जिहड़े होणगे ओह फतेह किट जिहड़ी सीएम साहब ने नाम दिता उहदा किट दा फतेह किट लैके तुहाडे घर आणगे, दवाइयां होणगियां ते अपने घर इलाज कराओ। जे फिर भी ठीक नहीं होंदी ते फिर हॉस्पिटल वल नूं आपां चलना, नहीं तां घर बैठे ही L2 मरीज जिहड़े होंदे ने उह घर बैठे ही इलाज करवाणगे। मैडम परनीत कौर जी ने वीडियो कॉन्फ्रेंस अज्ज मैडम परनीत कौर जी ने स्पैशल तौर दे उत्ते सानूं कहा कि दौन कलां जा के साडी वी मेरे वल्लों वी अपना मैसेज लगाना, तो असं उन्होंने नाल वीडियो कॉन्फ्रेंस करा के सरपंच साहब नूं ते पंचां नूं इत्थे उन्हां दी गल कराई। उन्होंने भी अपने मानयोग मुख्यमंत्री जी का जिहड़ा सुनेहा हैगा वो रिपीट किया कि भी अपना मास्क लगाओ, हाथ धोवो, डिस्टेंस रखो और करोना टेस्ट कराओ और वैक्सीनेशन करवाओ। और उन्होंने कहा कि यह तो अच्छी गल है, मैडम परनीत कौर जी ने कहा अच्छी गल है कि तुम 100